ਡਾਕਟਰ ਦੇ ਹੱਥਾਂ 'ਚ ਮਰੀਜ਼ ਨੂੰ ਬਚਾਉਣ ਲਈ ਹਥਿਆਰ ਤਾਂ ਵੇਖੇ ਹੋਣਗੇ, ਪਰ ਹੱਥਾਂ 'ਚ ਰਿਵਾਲਵਰ ਵਰਗਾ ਹਥਿਆਰ ਲੈ ਕੇ ਵਾਰਸਾਂ ਨੂੰ ਧਮਕਾਉਣ ਵਾਲੇ ਡਾਕਟਰ ਬਾਰੇ ਸ਼ਾਇਦ ਕਦੇ ਨਹੀਂ ਸੁਣਿਆ ਹੋਵੇਗਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਬਠਿੰਡਾ ਦੇ ਭੱਟੀ ਰੋਡ 'ਤੇ ਸਥਿਤ ਪ੍ਰੇਗਮਾ ਹਸਪਤਾਲ ਵਿਖੇ, ਜਿੱਥੇ ਇੱਕ ਮਰੀਜ਼ ਦੀ ਮੌਤ ਤੋਂ ਬਾਅਦ ਮਰੀਜ਼ ਦੇ ਵਾਰਸਾਂ ਅਤੇ ਡਾਕਟਰ ਵਿਚਕਾਰ ਦੱਬ ਕੇ ਹੰਗਾਮਾ ਹੋਇਆ। ਮ੍ਰਿਤਕ ਮਰੀਜ਼ ਦੇ ਵਾਰਸਾਂ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਨੇ ਡਾਕਟਰ ਕੋਲੋਂ ਪੱਕਾ ਬਿੱਲ ਮੰਗਿਆ ਤਾਂ ਡਾਕਟਰ ਨੇ ਪੱਕਾ ਬਿੱਲ ਦੇਣ ਤੋਂ ਮਨ੍ਹਾ ਕਰ ਦਿੱਤਾ। ਦਹਿਸ ਬਸਾਈ ਤੋਂ ਬਾਅਦ ਡਾਕਟਰ ਨੇ ਰਿਵੋਲਵਰ ਕੱਢ ਕੇ ਉਹਨਾਂ ਨੂੰ ਧਮਕਾਇਆ। ਦਰਅਸਲ ਮਲੋਟ ਵਾਸੀ 55 ਸਾਲ ਦਾ ਤਾਰਾ ਚੰਦ ਇਸ ਹਸਪਤਾਲ 'ਚ ਕੁਝ ਦਿਨਾਂ ਤੋਂ ਇਲਾਜ ਅਧੀਨ ਸੀ ਅਤੇ ਅੱਜ ਅਚਾਨਕ ਉਸਦੀ ਮੌਤ ਹੋ ਗਈ ਅਤੇ ਹੰਗਾਮਾ ਉਦੋਂ ਵਧਿਆ ਜਦੋਂ ਮਰੀਜ਼ ਦੇ ਵਾਰਸਾਂ ਨੇ ਡਾਕਟਰ ਕੋਲੋਂ ਪੱਕੇ ਬਿੱਲ ਦੀ ਮੰਗ ਕੀਤੀ। ਇੰਨਾ ਹੀ ਬਸ ਨਹੀਂ, ਜਦੋਂ ਮੀਡੀਆ ਨੇ ਸਾਰੇ ਮਾਮਲੇ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀ ਤਾਂ ਹਸਪਤਾਲ 'ਚ ਡਾਕਟਰ ਦੀ ਹਿਮਾਇਤ ਲਈ ਪਹੁੰਚੇ ਅਕਾਲੀ ਵਰਕਰ ਨੇ ਬਦਤਮੀਜ਼ੀ ਕਰਦੇ ਹੋਏ ਮੀਡੀਆ ਅਤੇ ਮਰੀਜ਼ ਦੇ ਵਾਰਸਾਂ ਨੂੰ ਧੱਕੇ ਮਾਰ ਕੇ ਹਸਪਤਾਲ ਵਿੱਚੋਂ ਬਾਹਰ ਕੱਢ ਕੇ ਦਰਵਾਜ਼ਾ ਬੰਦ ਕਰ ਲਿਆ। ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਡਾਕਟਰ ਦਾ ਹਿਮਾਇਤੀ ਕਿਵੇਂ ਮੀਡੀਆ ਨੂੰ ਬਾਹਰ ਜਾਣ ਲਈ ਕਹਿ ਰਿਹਾ, ਕਿਵੇਂ ਸਾਰਿਆਂ ਨੂੰ ਬਾਹਰ ਕੱਢ ਰਿਹਾ। ਮ੍ਰਿਤਕ ਦੇ ਵਾਰਸਾਂ ਨੇ ਇਲਜ਼ਾਮ ਲਾਇਆ ਕਿ ਉਕਤ ਵਿਅਕਤੀ ਨੇ ਮ੍ਰਿਤਕ ਦੀ ਪਤਨੀ 'ਤੇ ਵੀ ਹੱਥ ਚੁੱਕਿਆ। ਮ੍ਰਿਤਕ ਦੇ ਵਾਰਸ ਮ੍ਰਿਤਕ ਦੀ ਦੇਹ ਲੈਣ ਲਈ ਤਕਰੀਬਨ 6 ਘੰਟੇ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਜੱਦੋਜਹਿਦ ਕਰਦੇ ਰਹੇ। ਉਹਨਾਂ ਦੀ ਮੰਗ ਸੀ ਕਿ ਡਾਕਟਰ ਖਿਲਾਫ਼ ਕੇਸ ਦਰਜ ਕੀਤਾ ਜਾਏ ਅਤੇ ਬਦਤਮੀਜ਼ੀ ਕਰਨ ਵਾਲੇ ਦੂਜੇ ਵਿਅਕਤੀਆਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਅਤੇ ਅਖੀਰ ਰਾਤ ਤਕਰੀਬਨ 10 ਵਜੇ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਮ੍ਰਿਤਕ ਦੀ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ। 5-6 ਦਿਨ ਹੋ ਗਏ ਮੌਕੇ ਦੇ ਉੱਤੇ SHO ਰੋਬਿਨ ਹੰਸ ਜੀ ਨੇ ਆ ਕੇ ਡਾਕਟਰ GS ਗਿੱਲ ਤੋਂ ਪਿਸਟਲ ਜ਼ਬਤ ਕੀਤਾ ਹੈਗਾ। ਜਦੋਂ ਇਹਨਾਂ ਨੂੰ ਕੈਮਰੇ ਦੀ ਫੁਟੇਜ, ਇੱਕ ਮਿੰਟ, ਪਿਸਟਲ ਨਾਲ ਕੀ ਹੋਇਆ ਸੀ, ਕੀ ਭਾਈ ਜੀ ਪਿਸਟਲ ਕੱਢਿਆ ਇਹਨਾਂ ਨੇ, ਕਹਿੰਦੇ ਜਿੰਨੇ ਪੈਸੇ ਕਹਾਂਗੇ ਉਹਨੇ ਦੇਣੇ ਪੈਣਗੇ। ਇਹਨਾਂ ਦਾ ਕੈਮਰਾ ਉੱਤੇ ਲੱਗਿਆ ਸੀਗਾ, ਜਦੋਂ SHO ਸਾਹਿਬ ਨੇ ਕਿਹਾ ਵੀ ਤੁਸੀਂ ਕੈਮਰੇ ਦੀ ਫੁਟੇਜ ਦਿਖਾਓ ਤਾਂ ਇਹਨਾਂ ਦੀ ਕੈਮਰੇ ਦੀ ਫੁਟੇਜ ਨਹੀਂ ਦਿਖਾਈਗੀ। ਉਹ ਪਿਸਟਲ ਜ਼ਬਤ ਕਰਕੇ ਚਲੇ ਗਏ, ਮੀਡੀਆ ਵਾਲੇ ਕੋਲੇ ਸੀਗੇ ਉੱਥੇ, ਇਹਨਾਂ ਨੇ ਕੈਮਰੇ ਦੀ ਫੁਟੇਜ ਨਹੀਂ ਦਿਖਾਈਗੀ। ਇਹ ਰਾਤ ਨੂੰ ਕੈਮਰੇ 'ਚ ਵੀ ਮੈਨੂਪਲੇਸ਼ਨ ਕਰਨਗੇ। ਜਦੋਂ ਹੁਣ ਅਸੀਂ ਕਿਹਾ ਵੀ ਪੱਕਾ ਬਿੱਲ ਦਿਓ, ਸਾਡੇ ਤੋਂ ਪੈਸੇ ਲਓ ਅਤੇ ਸਾਡੀ ਡੈੱਡ ਬੋਡੀ ਦੇ ਦਿਓ, ਤਾਂ ਇਹਨਾਂ ਨੇ ਕਹਿੰਦੇ ਸਾਡੇ ਕੋਲ ਕੋਈ ਪਰਚੀ ਹੈ ਨਹੀਂ ਕਿ ਪੱਕਾ ਬਿੱਲ ਦੇਣ ਦੇ ਲਈ। ਆਹ ਡਾਕਟਰ ਤੁਹਾਡੇ ਸਾਹਮਣੇ ਗੱਡੀ ਤੋਂ ਉੱਤਰ ਕੇ ਹੁਣ ਆਇਆ, ਇਹ ਉੱਤਰ ਕੇ ਚੱਲਿਆ ਸੀਗਾ, ਭੱਜ ਚੱਲਿਆ ਸੀ ਇੱਥੋਂ ਬਿੱਲ ਦੇਣ ਦਾ ਮਾਰਾ ਵੀ। ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਸਾਹਿਲ ਮੋਂਗਾ ਜੀ, ਮੇਰੇ ਪਿਤਾ ਜੀ ਸੀਗੇ ਜਿਹੜੇ ਐਕਸਪਾਇਰ ਹੋਏ। ਪਿਤਾ ਹੈਗਾ, ਵੀਡੀਓ ਮੰਗੀ ਤਾਂ ਹੋਸਪਿਟਲ ਵਾਲੇ ਕਹਿੰਦੇ ਸਾਡੇ ਤਾਂ ਕੈਮਰੇ ਖਰਾਬ ਹੈਗੇ, ਵੀਡੀਓ ਨਹੀਂ ਆ ਰਹੀ। ਕੈਮਰੇ ਚੱਲ ਰਹੇ ਆ, ਪਰ ਚਾਹੁੰਦੇ ਆ ਹੁਣ ਸਾਨੂੰ ਫੇਰ ਕਹਿੰਦੇ ਅੰਦਰ ਚੱਲੋ, ਅਸੀਂ ਅੰਦਰ ਨਹੀਂ ਜਾਣਾ। ਸਾਡਾ ਜਿਹੜਾ ਬਿੱਲ ਹੈਗਾ ਸਾਨੂੰ ਬਿੱਲ ਦੇ ਦਿਓ, ਡੈੱਡ ਬੋਡੀ ਇੱਥੇ ਲਿਆ ਦਿਓ, ਅਸੀਂ ਮੀਡੀਆ ਸਾਹਮਣੇ ਜਿੰਨੇ ਪੈਸੇ ਬਣਦੇ 1,000 ਰੁਪਇਆ ਵੱਧ ਦੇ ਦਾਂਗੇ। ਬਠਿੰਡਾ ਤੋਂ ਜਾਟ ਟੀਵੀ ਨਿਊਜ਼ ਦੇ ਲਈ ਕੈਮਰਾਮੈਨ ਦੀਪੂ ਸ਼ਰਮਾ ਦੇ ਨਾਲ ਕੁਨਾਲ ਬਾਂਸਲ ਦੀ ਰਿਪੋਰਟ।